ਮਿੰਟੋ ਜੀ ਥੋੜਾ ਜਿਹਾ ਮੇਰੇ ਖਿਆਲ ਨਾਲ ਬਾਈ ਖਬਰਾਂ ਦੇ ਤਾਂ ਵੈਸੇ ਉਹਨਾਂ ਖਬਰਾਂ ਦੀ ਹੜਾ ਇਹ ਹੋਇਆ ਹੜਾਂ ਦੇ ਨਾਲ ਰਿਲੇਟਡ ਨਹੀਂ ਜਿਹੜੀ ਖਬਰਾਂ ਹੁਣ ਹਾਲਚਾਲ ਕਿਸ ਤਰ੍ਹਾਂ ਦੇ ਕਿਉਂਕਿ ਬਹੁਤ ਸਾਰੇ ਆਪਾਂ ਦੇਖ ਰਹੇ ਹਾਂ ਵੀਡੀਓਜ਼ ਕਿ ਬਾਈ ਹੁਣ ਫਲੱਡ ਗੇਟ ਖੋਲ ਦਿੱਤੇ ਗਏ ਆ ਬਾਈ ਬਿਆਸ ਵਾਲੇ ਪਾਸੇ ਖਾਸਾ ਪਾਣੀ ਆ ਗਿਆ ਇਧਰਲੇ ਪਾਸੇ ਮਾਰ ਪੈ ਗਈ ਜੀ ਤੇ ਲੋਕੀ ਵੈਸੇ ਚਿੰਤਤ ਵੀ ਇਸ ਤਰ੍ਹਾਂ ਦੀ ਖਬਰਾਂ ਸੁਣ ਕੇ ਪਾਣੀ ਤਾਂ ਜਿਹੜਾ ਹੁਣ ਡੈਮਾਂ ਦੇ ਵਿੱਚ ਵਧਿਆ ਉਹ ਛੱਡਣਾ ਹੀ ਆ ਫਲੱਡ ਗੇਟ ਤੇ ਨਹੀਂ ਹਾਲੇ ਖੋਲੇ ਮੈਨੂੰ ਲੱਗਦਾ ਜੇ ਹੋ ਸਕਦਾ ਮੈਂ ਜਾਣਕਾਰੀ ਨਾ ਰੱਖਦਾ ਮੈਂ ਟਰਬਾਈਨਾ ਦੇ ਜ਼ਰੀਏ ਪਾਣੀ ਛੱਡਿਆ ਜੀ ਉਹ ਜਦੋਂ ਡੈਮਾਂ ਚ ਪਾਣੀ ਦਾ ਪੱਧਰ ਵਧੇਗਾ ਦੇਖੋ ਤਾਂ ਛੱਡਣਾ ਹੀ ਪਵੇਗਾ ਨਾ ਜੀ ਦਿੱਲੀ ਤੱਕ ਯਮਨਾ ਜਿਹੜੀ ਹੈ ਜੀ ਉਹ ਕਿੱਥੋਂ ਤੱਕ ਚਲੇਗੀ ਆ ਜੀ ਰੌਲਾ ਤੇ ਇਹ ਆ ਕਿ ਬਈ ਹੁਣ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਵੇ ਜੀ ਮੈਂ ਦੇਖ ਰਿਹਾ ਸੀ ਆਪਾਂ ਇੱਥੇ ਰੌਲਾ ਪਾਉਣੇ ਆਪਾਂ ਰੋਣੇ ਆ ਜੀ ਕਿ ਬੜੀਆਂ ਗੈਰ ਕਾਨੂੰਨੀ ਉਸਾਰੀਆਂ ਹੋ ਗਈਆਂ ਨਿਰਮਾਣ ਕਾਰਜ ਹੋ ਗਏ ਕਬਜ਼ੇ ਕਰਲੇ ਲੋਕਾਂ ਨੇ ਜੀ ਇੱਕ ਹੋਟਲ ਉੱਥੇ ਹਿਮਾਚਲ ਦੇ ਵਿੱਚ ਰੁੜਿਆ ਜਾਂਦਾ ਸੀ ਅਖੇ ਨਾਂ ਕੀ ਆ ਨਾਂ ਐ ਰਿਵਰ 뷰 ਜੀ ਇਹਦਾ ਮਤਲਬ ਇਹ ਆ ਕਿ ਭਾਈ ਦਰਿਆ ਦੀ ਜਗ੍ਹਾ ਮਲ ਕੇ ਤੁਸੀਂ ਐਂ ਕੰਡੇ ਤੇ ਬਣਾ ਰੱਖਿਆ ਸੀਗਾ ਰਿਵਰ 뷰 ਤੇ ਰਿਵਰ ਲੈ ਗਿਆ ਫਿਰ ਅਗਲੇ ਦੀ ਸੀ ਅਗਲਾ ਬੰਦਾ ਕਿ ਹਾਂਜੀ ਹਾਂਜੀ ਰਿਵਰ 뷰 ਉਹ ਕਹਿੰਦਾ ਰਿਵਰ ਫਿਰ ਲੈ ਆਦਿਓ ਜੀ ਉਹ ਲੈ ਗਿਆ ਕੰਡੇ ਤੇ ਬਣਾ ਰੱਖਿਆ ਬਿਲਕੁਲ ਜਿਹੜਾ ਕੋਈ ਲੇਖ ਦਾ ਕਬਜ਼ਾ ਕਰ ਲੈਂਦਾ ਤੇ ਉਹ ਰੱਖ ਦਿੰਦਾ ਆਲੀ ਇੱਕ ਵੀਓ ਹਾਦ ਹੋ ਗਈ ਤੁਹਾਡੇ ਵਾਲੀ ਇੱਥੇ ਬੰਦਾ ਹੌਲੀ 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 ਕਰਕੇ ਕਬਜ਼ਾ ਕਰਦਾ ਇੱਕੋ ਝਟਕੇ ਦੇ ਵਿੱਚ ਸਾਮ ਲੈਂਦਾ ਕਿਉਂਕਿ ਬੰਦੇ ਉਹਨਾਂ ਦੇ ਕੋਲ ਵੱਡੇ ਨੇ ਨਾ ਹਾਂਜੀ ਪਿੱਛੋਂ ਥਾਪੀ ਵੱਡੀ ਆ ਤਾਂ ਇਹ ਹੁਣ ਸਾਰੇ ਪਾਸੇ ਹੀ ਆ ਹਿਮਾਚਲ ਨੇ ਵੀ ਆਪਦਾ ਝੁੱਗਾ ਛੋੜ ਕਰਵਾ ਲਿਆ ਮੈਂ ਤੁਹਾਨੂੰ ਦੱਸਾਂ ਪੈਸਿਆਂ ਦੇ ਲਾਲਚ ਜੀ ਇਹ ਜਿਹੜੀ ਆ ਇਕੋ ਸੈਂਸਿਟਿਵ ਜ਼ੋਨ ਆ ਜੀ हिमालय दी जड़ी इको सेंसिटिव जोन है इना ने उथे चढ़ा चढ़ा के सलानी सद्द सद्द के उथे की हुन ਤੁਸੀਂ ਸ਼ਿਮਲੇ ਜਾਣ ਵਾਲੇ ਦੱਸਦੇ ਮੈਂ ਤਾਂ ਕਦੇ ਗਿਆ ਨਹੀਂ ਕਹਿੰਦੇ ਕੁਛ ਨਹੀਂ ਹੈਗਾ ਭਰਾਵਾ ਉਥੇ ਰੌਲਾ ਰੱਪਾ ਸੁਣ ਕੇ ਆ ਜਾਈਦਾ ਇਹ ਕਾਠੀ ਉਥੇ ਇਹ ਨਾ ਹੁੰਦਾ ਮਤਲਬ ਕਿ ਜੋ ਆਪਾਂ ਕਹਿੰਨੇ ਕਿ ਪਹਾੜਾਂ ਚ ਜਾਓ ਪੀਸ ਮਿਲੇਗੀ ਹਰੇ ਆਲੀ ਵੇਖਣ ਨੂੰ ਮਿਲੇਗੀ ਉਹ ਉਥੇ ਬਸ ਸੈਲੀਬ੍ਰੇਸ਼ਨ ਦਾ ਚੀਕ ਚੜਾ ਆ ਜਾਂਦਾ ਕਿਉਂਕਿ ਲੋਕ ਇੰਨੇ ਜ਼ਿਆਦਾ ਜਾਂਦੇ ਆ ਤਾਂ ਉਹਨਾਂ ਨੇ ਆਪਣੀ ਬਰਬਾਦੀ ਦਾ ਮੋਢਾ ਬਨ ਲਿਆ ਮਾਚਰ ਵਾਲਿਆਂ ਨੇ ਵੀ ਸਾਡੇ ਵਾਂਗੂ ਜੀ ਰਜ ਕੇ ਖਲਵਾੜ ਉਤਰਾਖੰਡ ਚ ਕੀ ਬਣਿਆ ਉਤਰਾਖੰਡ ਚ ਵੀ ਬੰਦੇ ਮਰਨ ਦੇ ਆ ਉਤਰਾਖੰਡ ਚ ਜ਼ਿਆਦਾ ਤਬਾਹੀ ਹੋ ਰਹੀ ਹੈ ਪਰ ਮਤਲਬ ਕਿ ਅਸੀਂ ਸੁਧਰ ਨਹੀਂ ਰਹੇ ਅਸੀਂ ਉਸ ਗੱਲ ਦੀ ਗੱਲ ਹੀ ਨਹੀਂ ਕਰਦੇ ਕਿ ਭਾਈ ਇਹ ਜਿਹੜੀ ਹੈ ਨਾ ਮੈਨ ਮੇਡ ਬਿਪਤਾ ਵੀ ਬਣ ਜਾਂਦੀ ਹੈ ਸਾਡੇ ਵਾਸਤੇ ਕੁਦਰਤੀ ਬਿਪਤਾ ਤਾਂ ਐਸੀ ਨਾ ਕੁਦਰਤੀ ਬਿਪਤਾ ਤਾਂ ਦੇਖੇ ਜੋ ਬੰਦੇ ਨੇ ਕੁਦਰਤ ਦਾ ਘਾਣ ਕੀਤਾ ਉਹਨੂੰ ਬਚਾ ਲੈਨੇ ਬਸ ਫਿਰ ਸਾਡੇ ਕੋਲ ਹੋਰ ਵੀਡੀਓ ਹੁੰਦੀਆਂ ਨੇ ਉਹ ਅਸੀਂ ਐਡਿਟ ਕਰਕੇ ਪਾਈ ਜਾਣੀਆਂ ਹੋਰ ਪਾਸੇ ਤੁਰੇ ਜਾਣ ਹਰੇਕ ਨੇ ਮਤਲਬ ਕਿ ਆਪਣੇ ਆਪ ਨੂੰ ਕਿਸੇ ਨੇ ਵਧਿਆਉਣਾ ਕਿਸੇ ਨੇ ਕਿਸੇ 'ਚ ਨੁਕਸ ਕੱਢ ਦੇਣਾ ਕਿਸੇ ਨੇ ਕਿਸੇ 'ਚ ਨੁਕਸ ਕੱਢ ਦੇਣਾ ਹੈ ਜੀ ਗੱਲ ਤੇ ਇਹ ਹੈ ਕਿ ਅਸੀਂ ਬਹੁਤ ਬਰਬਾਦੀ ਕੀਤੀ ਹੈ ਜੀ हिमाचल वाले ने देख लो खुरच खुरच के पहाड़ ते हुन पहाड़ ओ देख लो किवें ਰਿਸਕ ਦੇ ਨੇ जी ਆਉਂਦੇ ਆ ਨਾ ਜਦੋਂ ਪੱਥਰ ਮੈਂ ਕਿ ਤਨ ਵੇਖ ਰਿਆ ਸੀਗਾ ਆਪਦੇ ਘਰਦਿਆਂ ਨਾਲ ਬੈਠਾ ਪੱਥਰ ਡਿੱਗਾ ਤੇ ਕਾਰ ਬਸ ਐਨੀ ਕੁ ਵਿਥੀ ਨਾਲ ਨਿਕਲ ਗਈ ਉਹ ਐਜੰਪ ਕੀਤਾ ਕਾਰ ਜਿਹੜੀ ਹੈ ਬਸ ਐਟੇਡਾ ਹੋ ਕੇ ਨਿਕਲ ਗਈ ਨਿੱਥੇ ਗਿਆ ਸੀ ਬੰਦਾ ਡਰਾਈਵਰ ਸਾਈਡ ਹੀ ਆ ਕੇ ਵਜੇ ਅਜਨਾ ਸੀ ਤੋ ਗੱਲ ਇਹ ਆ ਕਿ ਅਸੀਂ ਉਹ ਉਹ ਨੁਕਸ ਵੀ ਦੇਖੀ ਹੁਣ ਜੇ ਅਸੀਂ ਹੁਣ ਵੀ ਹੁੰਦਾ ਕੀ ਹੈ ਆਮ ਤੌਰ ਤੇ ਇੰਡੀਆ ਚ ਕੀ ਆ ਕਿ 5-7 ਦਿਨ ਦੀ ਚਲੋ ਮੁਸ਼ਕਲ ਆਈ ਉਸ ਤੋਂ ਬਾਅਦ ਜਿਹੜਾ ਸਾਡਾ ਆਮ ਜਨ ਜੀਵਨ ਹੁੰਦਾ ਹੈ ਆਮ ਜ਼ਿੰਦਗੀ ਹੁੰਦੀ ਹੈ ਲੀਏ ਪਹਿ ਜਾਂਦੀ ਆ ਅਸੀਂ ਫੇਰ ਭੁੱਲ ਜਾਂਦੇ ਆ ਜੀ ਤੇ ਸਰਕਾਰ ਤਾਂ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਝੁੱਡੂ ਲੋਕ ਇਸ ਤਰ੍ਹਾਂ ਦੇ ਭੁਲਖੜ ਲੋਕ ਸਾਡੇ ਵੋਟਰ ਹੋਣ ਜੀ ਜਿਨ੍ਹਾਂ ਨੂੰ ਕੁਦਰਤ ਦਾ ਵਿਨਾਸ਼ ਵੀ ਭੁੱਲ ਜਾਵੇ ਕੁਦਰਤ ਦੀ ਕਰੋਪੀ ਵੀ ਭੁੱਲ ਜਾਵੇ ਕੁਦਰਤ ਨੇ ਜੋ ਤਬਾਈ ਕੀਤੀ ਉਹ ਵੀ ਭੁੱਲ ਜਾਵੇ ਕਿ ਕੁਦਰਤ ਤਾਂ ਫੇਰ ਆ ਸਕਦੀ ਹੈ ਤੁਸੀਂ ਕੀ ਕਰ ਰਹੇ ਜੇ ਹਾਂਜੀ ਕੀ ਆ ਜਿਹੜੀਆਂ ਹੁਣ ਨਾਲਿਆਂ ਤੇ ਇਸ ਤਰ੍ਹਾਂ ਦਰਿਆਵਾਂ ਦੇ ਕੰਢੇ ਤੇ ਉਹ ਸਾਰੀਆਂ ਕਬਜ਼ੇ ਹੋਏ ਛਡਾ ਲੋਗੇ ਸੰਭਵ ਵੀ ਨਹੀਂ ਹੈ ਤਾਂ ਜਿਹੜੀ ਇਹ ਬਣੀ ਹੈ ਹੁਣ ਤਰਾਸਦੀ ਦੇਖੋ ਪਾਣੀ ਜੜਾ ਆ ਰਿਹਾ ਵੈਸੇ ਤੇ ਆਪਾਂ ਅੰਕੜੇ ਹੁਣ ਬਹੁਤ ਵਾਰੀ ਦੱਸ ਚੁੱਕੇ ਆ ਕਿ ਹਿਮਾਚਲ ਦੇ ਵਿੱਚ ਹਿਸਾਬ ਲਾ ਲਓ ਕਿ ਆਮ ਨਾਲੋਂ 1062% ਮੀਂਹ ਜ਼ਿਆਦਾ ਪੈ ਗਿਆ ਯਾਨੀ 10 ਗੁਣਾ ਜੀ 10 ਗੁਣਾ ਹੁਣ ਜ਼ਿਆਦਾ ਮੀਂਹ ਪਿਆ ਤੇ ਜਾਣਾ ਕਿੱਥੇ ਆ ਦੱਸੋ ਨਾਲਿਆਂ 'ਚ ਆਉਣਾ ਨਾ ਰੁੜ ਕੇ ਨਾਲੇ ਦਰਿਆ 'ਚ ਜਾਣਗੇ ਦਰਿਆ ਕਿੱਥੇ ਆਉਣਗੇ ਇੱਥੇ ਆਪਣੇ ਕੋਲ ਤੇ ਜਦੋਂ ਕੋਈ ਗਾਂ ਨਿਕਾਸੀ ਹੈ ਨਹੀਂ ਸਾਡੇ ਕੋਲ ਉਫਰਫਲੋ ਹੋਏ ਗਈ ਨਾ ওভারਫਲੋ ਹੋਏਗਾ ਪਾਟੇ ਦਾ ਦਰਿਆ ਜੀ ਤੇ ਦਰਿਆ ਦੀ ਆਪਣੀ ਇੱਕ ਰਵਾਨੀ ਕੀ ਹੁੰਦੀ ਐ ਜ਼ੋਰ ਦਰਿਆ ਦਰਿਆ ਹੁੰਦਾ ਦਰਿਆ ਆਪਣੀ ਮਰਜ਼ੀ ਨਾਲ ਹੀ ਚੱਲਦੇ ਆ ਫਿਰ ਤੇ ਦਰਿਆ ਛੜਾ ਲਿੰਦੇ ਹੁੰਦੇ ਕਬਜੇ ਕਬਜੇ ਦਸਾਂ ਸਾਲਾਂ ਬਾਅਦ 20 ਸਾਲਾਂ ਬਾਅਦ ਛੜਾ ਕੇ ਪਰੇ ਮਾਰਦੇ ਅਸੀਂ ਢੀਠਾ ਸੀ ਫੇਰ ਕਰ ਲੈਨੇ ਜੀ ਉਹ ਸਾਨੂੰ ਸਮਝਾ ਜਾਂਦੇ ਆ ਕਿ ਸਾਡੇ ਰਸਤੇ ਚ ਨਾ ਆਓ ਉਸਤਾ ਕੀ ਨਾ ਕਰੋ ਤਾਂ ਖੈਰ ਹੁਣ ਜਦੋਂ ਇਸ ਤਰ੍ਹਾਂ ਦੀ ਅਸੀਂ ਆਪ ਕੋਤਾਈਆਂ ਕੀਤੀਆਂ ਤੇ ਨਤੀਜੇ ਵੀ ਅਸੀਂ ਆਪ ਭੁਗਤਨੇ ਆ ਜੀ ਦੇਵੀ ਮਖਸੂਸਪੁਰੀਏ ਨੇ ਪਹਿਲੀ ਕੈਸਟ ਕੱਢੀ ਸੀ ਤੇ ਉਹਦੇ ਚ ਇੱਕ ਗੀਤ ਸੀਗਾ ਤੇ ਗੀਤ ਦੀ ਇੱਕ ਪੰਕਤੀ ਸੀ ਭੁਗਤ ਨਤੀਜੇ ਮਖਸੂਸਪੁਰੀਆ ਗਲਤ ਜਗ੍ਹਾ ਤੇ ਜਿੰਨੇ ਲਾਈ ਹੋਈ ਆ ਜੀ ਗੱਲ ਇਹ ਆ ਕਿ ਅਸੀਂ ਜਦੋਂ ਗਲਤ ਜਗ੍ਹਾ ਤੇ ਸਾਰਾ ਕੁਝ ਗਲਤ ਤਰੀਕੇ ਨਾਲ ਕਰਦੇ ਹਾਂ ਤਾਂ ਫਿਰ ਗਲਤ ਹੁੰਦਾ ਸਾਡੇ ਨਾਲ ਹੁਣ ਜਿਹੜਾ ਪਿੰਡੂ ਅਰਥਚਾਰਾ ਪਿੰਡ ਉਹ ਅਰਥਚਾਰਾ ਵੀ ਕਿਉਂ ਮੈਂ ਮੈਂ ਦੇਖਦਾ ਜਾਂ ਤਾਂ ਅਸੀਂ ਪਿੰਡਾਂ ਦੀ ਗੱਲ ਕਰ ਰਹੇ ਹਾਂ ਤੇ ਜਾਂ ਅਸੀਂ ਅਰਬਨ ਸਟੇਟ ਪਟਿਆਲੇ ਦੀ ਗੱਲ ਕਰ ਰਹੇ ਹਾਂ ਤੇ ਜਿਹੜਾ ਜਿਹੜਾ ਇੱਕ ਉਹ ਤਬਕਾ ਹੈ ਜਿਹੜਾ ਆਰਜ਼ੀ ਰਹਿਸ਼ੀ ਜਾਂ ਟੁੱਟੇ ਫੁੱਟੇ ਮਕਾਨ ਰੱਖਦਾ ਉਹਨਾਂ ਤੀ ਕੌਣ ਪਹੁੰਚੇਗਾ ਕੌਣ ਪਹੁੰਚੇਗਾ ਜਿਨ੍ਹਾਂ ਦੇ ਮਾੜੇ ਮੋਟੇ ਛਕੜੇ ਛੁਕੜੇ ਜੇ ਲਾ ਕੇ ਬਣਾਏ ਸੀਗੇ ਆਰਜ਼ੀ ਮਕਾਨ ਉਹ ਵੀ ਡੁੱਬ ਗਏ ਕੁੱਲੀਆਂ ਝੁੱਗੀਆਂ ਉਹ ਵੀ ਉਜੜ ਗਈਆਂ ਜੀ ਅਸੀਂ ਉਹਨਾਂ ਦੀ ਤੇ ਹਜੇ ਕੋਈ ਗੱਲ ਹੀ ਨਹੀਂ ਨਾ ਸੁਣ ਰਿਹਾ ਜੀ ਤੇ ਜਿਹੜਾ ਪਿੰਡੂ ਖੇਤਰ ਦਾ ਨੁਕਸਾਨ ਨਿਆ ਹਾ ਸੂਰ ਪਿੰਡੂ ਖੇਤਰ ਦਾ ਨੁਕਸਾਨ ਐਂਓ ਹਨਾ ਕਿ ਦੇਖੋ ਜਿਹੜੀ ਆਪਾਂ ਗੱਲ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਪਸ਼ੂ ਤਨ ਗਿਆ ਤੇ ਜੇ ਫਸਲ ਡੁੱਬ ਗਈ ਉਹ ਵੀ ਚਲੀ ਗਈ ਤਾਂ ਨੁਕਸਾਨ ਫਿਰ ਅਰਥਚਾਰੇ ਦਾ ਤਾਂ ਆਪਣੇ ਆਪ ਹੋ ਗਿਆ ਜੀ ਮਕਾਨ ਤੇ ਹਾਲੇ ਨਵੇਂ ਡਿਗੇ ਨੇ ਲਾਲੂ ਕੇ ਇੱਕ ਅੰਦਾਜ਼ਾ ਹਾਲਾਂਕਿ ਪਾਣੀ ਭਰਿਆ ਪਿਆ ਐਗਜ਼ੈਕਟ ਅੰਕੜੇ ਜਿਹੜੇ ਆ ਨਾ ਉਹ ਹਾਲੇ ਨਹੀਂ ਮਿਲਣਗੇ ਆਪਾਂ ਨੂੰ ਥੋੜਾ ਦੇਰੀ ਨਾਲ ਪਰ ਜਿੰਨੇ ਹੁਣ ਤੱਕ ਰਿਪੋਰਟ ਹੋਏ ਆ ਆਪਾਂ ਇਹ ਸ਼ਬਦ ਇਸਤੇਮਾਲ ਕਰ ਲੈਂਦੇ ਆ ਕਿ ਜਿੰਨੇ ਰਿਪੋਰਟ ਹੋਏ ਆ ਤਾਂ ਉਹ ਤਕਰੀਬਨ 50 ਤੋਂ 60 ਨੇ ਮਕਾਨ ਜਿਹੜੇ ਨੁਕਸਾਨੇ ਗਏ ਆ ਜੀ ਪਰ ਇਹਦੇ ਚ ਉਹ ਜਿਹੜੇ ਵਿਚਾਰੇ ਆਰਜੀ ਰੈਸ਼ੀਆਂ ਰੈਸ਼ਾ ਬਣਾ ਕੇ ਰਹਿੰਦੇ ਨੇ ਉਹ ਥੋੜੀ ਗਿਣੇ ਜਾਣਗੇ ਜੀ ਹਾਂ ਬਿਲਕੁਲ ਉਹ ਕਿੰਨੇ ਬਰਬਾਦ ਹੋ ਗਏ ਨੇ ਕੁਚਰੇ ਚ ਗਿੰਝੋਂ ਆਪਣੀ ਵਾਲੇ ਉਹ ਨਹੀਂ ਕਵਰ ਹੋਣਗੇ ਹਾਂ ਜਿਨ੍ਹਾਂ ਨੇ ਕੋਈ ਆਰਜ਼ੀ ਰੈਸ਼ ਸ਼ਾਂ ਬਣਾਈਆਂ ਨੇ ਉਹ ਉਹਨਾਂ ਦਾ ਕੰਮ ਵੀ ਗਿਆ ਮਾੜਾ ਮੋਟਾ ਜਿਹੜਾ ਸਮਾਨ ਹੋਊਗਾ ਉਹ ਵੀ ਗਿਆ ਤੇ ਅਰਥਚਾਰਾ ਫਿਰ ਪਿੰਡੂ ਅਰਥਚਾਰਾ ਤੇ ਇਹਨਾਂ ਚੀਜ਼ਾਂ ਨਾਲ ਹੀ ਹੈ ਨਾ ਜੀ ਕਿ ਭਈ ਪਸ਼ੂ ਤਾਂ ਨੇ ਆ ਫਸਲ ਵਾੜੀ ਆ ਫਸਲ ਵਾੜੀ ਬਾਰੇ ਹੁਣ ਟ੍ਰਿਬਿਊਨ ਵਾਲੇ ਤੇ ਕਹਿੰਦੇ ਨੇ ਕਿ ਭਈ 5 ਲੱਖ ਕਿਲਾ ਡੁੱਬ ਗਿਆ ਇਹ ਦੱਸ ਰਹੇ ਨੇ ਤਕਰੀਬਨ ਜੀ ਜਿਹੜੀਆਂ ਅੱਜ ਦੀਆਂ ਰਿਪੋਰਟਾਂ ਨੇ ਜੀ ਜੀ ਪਰ ਹਾਲੇ ਉਹ ਜਿਹੜੇ ਹੈਗੇ ਨੇ ਵੈਸੇ ਤੇ ਜਿਹੜੇ ਖੇਤੀਬਾੜੀ ਡਾਇਰੈਕਟਰ ਸਾਹਿਬ ਉਹ ਕਹਿੰਦੇ ਨੇ ਜੀ ਕਿ ਸਾਡੇ ਕੋਲ ਤੇ 25 ਕੁ ਹਜ਼ਾਰ ਏਕੜ ਦੀ ਹਾਲੇ ਰਿਪੋਰਟ ਹੈ ਪਰ ਰਿਪੋਰਟਾਂ ਦਾ ਅਸੀਂ ਵੇਟ ਕਰਾਂਗੇ ਪੰਜ ਕੁ ਜਿਲ੍ਹਿਆਂ ਚੋਂ ਹਾਲੇ ਆਈਆਂ ਇਹਦਾ ਮਤਲਬ ਕਿ ਹਾਲੇ ਸਹੀ ਰਿਪੋਰਟਾਂ ਜਾਂ ਕਿਹ ਲੋਕ ਕਿ ਪੂਰੀਆਂ ਰਿਪੋਰਟਾਂ ਨਹੀਂ ਪਹੁੰਚੀਆਂ ਵਿਭਾਗ ਦੇ ਕੋਲ ਵੀ ਨਹੀਂ ਹੈ ਤੇ ਮੀਡੀਆ ਕੋਲ ਵੀ ਨਹੀਂ ਹੈ ਪਰ ਜਿਹੜਾ ਆਪਾਂ ਦਾਸਾ ਲਾਉਂਦੇ ਸੀਗੇ ਕਿ ਹਾਂ ਭਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ 30 ਤੋਂ 32 34 ਲੱਖ ਹੈਕਟੇਅਰ ਝੋਨਾ ਜਾਂਦਾ ਹੈ ਯਾਨੀ ਆਲਮੋਸਟ ਕੈਲੋ ਲਗਭਗ 70 ਲੱਖ ਕਿਲਾ ਜੀ ਉਹਦੇ ਚ ਹਾਲੇ ਅ ਮਸੀ ਮਤਲਬ ਕਿ ਲੱਗਿਆ ਸੀਗਾ ਕਿ 22 ਜਾਂ 27 ਦੇ ਵਿੱਚ ਦਰਮਿਆਨ ਲੱਖ ਹੈਕਟੇਅਰ ਯਾਨੀ ਅਜੇ ਬਹੁਤ ਸਾਰਾ ਰਕਬਾ ਪਿਆ ਸੀਗਾ ਜਿਹੜਾ ਪਿਆ ਸੀ ਚਲੋ ਉਹ ਤਾਂ ਨਹੀਂ ਹੁਣ ਜਿਹੜਿਆ ਲੱਗਿਆ ਸੀਗਾ ਉਹਦੇ ਵਿੱਚੋਂ 5 ਲੱਖ ਕਿਲਾ ਵੀ ਜੇ ਚਲੇ ਜਾਂਦਾ ਹੈ ਜੇ 5 ਲੱਖ ਹੈਕਟੇਰ ਚੈਲੇਜ ਹੁੰਦਾ ਤਾਂ ਫਿਰ ਬਹੁਤ ਵੱਡੀ ਗੱਲ ਆ ਹਾਲੇ ਕਿ ਮੈਨੂੰ ਪਤਾ ਨਹੀਂ ਉਹਨਾਂ 5 ਲੱਖ ਉਹਨਾਂ ਨੇ ਕਿਲਾ ਲਿਖਿਆ ਕਿ ਹੈਕਟੇਰ ਇਹਦੇ ਵਿੱਚ ਕਨਫਿਊਜ਼ਨ ਹੈ ਥੋੜੀ ਤੋਂ ਬਿਧਾ ਜੀ ਉਹਨਾਂ ਨੇ ਵੈਸੇ ਅੰਦਾਜ਼ਾ ਦਿੱਤਾ ਮੋਡੇ ਤੌਰ ਤੇ ਮੋٹے ਤੌਰ ਤੇ ਪਰ ਇਹਨਾਂ ਨੇ ਜਿਹੜੀ ਪੁਸ਼ਟੀ ਕੀਤੀ ਉਹ 25000 ਹੈਕਟੇਰ ਦੀ ਹੁਣ ਤੱਕ ਕੀਤੀ ਆ ਜੀ ਤੇ ਗੱਲ ਫਿਰ ਉੱਥੇ ਆ ਜਾਏਗੀ ਕਿ ਹੁਣ ਜਦੋਂ ਤੁਹਾਡੀ ਇਨਵੈਸਟਮੈਂਟ ਮੋਢਲੇ ਤੌਰ ਤੇ ਫਸਲ ਕੋਈ ਲਾਈ ਆ ਫਸਲ ਕੋਈ ਭੀਜੀ ਆ ਉਦੋਂ ਤਬਾਹ ਹੋ ਗਈ ਪਸ਼ੂ ਤਨ ਗਿਆ ਕਿੰਨੇ ਡੰਗਰ ਜਿਹੜੇ ਬਿਮਾਰ ਹੋ ਜਾਣੇ ਮਰ ਜਾਣੇ ਆ ਜਿਹੜਾ ਪਰਿਵਾਰ ਮਤਲਬ ਕਿ ਦੁੱਧ ਦੱਦ ਵੇਚ ਕੇ ਰੋਟੀ ਖਾਂਦਾ ਉਹ ਵੀ ਫਸ ਗਿਆ ਤੇ ਫਿਰ ਪਿੰਡੂ ਅਰਥਚਾਰਾ ਕੀ ਕਰੇਗਾ ਪਿੰਡੂ ਅਰਥਚਾਰਾ ਕੀ ਕਰੇਗਾ ਨਾ ਉਹ ਤਾਂ ਡੁੱਬੇਗਾ ਡੁੱਬੇਗਾ ਤਾਂ ਡੁੱਬੇਗਾ ਡੂਬੇਗਾ ਬਿਲਕੁਲ ਕੋਈ ਹਟ ਜਿੱਥੇ ਵੀ ਉਹ ਪਾਣੀ ਖੜ ਗਿਆ ਕੋਈ ਹੱਟ ਨਹੀਂ ਚਲਣੀ ਕੋਈ ਦੁਕਾਨ ਨਹੀਂ ਚਲਣੀ ਇਹ ਮੁਸ਼ਕਲ ਤੇ ਹੈਗੀ ਹੈਗੀ ਹੁਣ ਇਹਨੂੰ ਲਿਆਂ ਤੇ ਕਿਦਾਂ ਲਿਆਂਦਾ ਜਾਊਗਾ ਇਹ ਤਾਂ ਮਾਨ ਸਾਹਿਬ ਵੀ ਜਾਣਦੇ ਜਿਨ੍ਹਾਂ ਨੇ ਕਹਿੰਦੇ ਜੀ ਕਿ ਹਾੜਾਂ ਵਾਸਤੇ ਫੌਰੀ ਤੌਰ ਤੇ ਅਸੀਂ 35 ਕਰੋੜ ਰੁਪਏ ਜਾਰੀ ਕਰ ਦਿੱਤਾ ਹਾਲੇ ਤੱਕ ਮੇਰੇ ਖਿਆਲ ਨਾਲ ਰੈਸਕਿਊ ਆਪਰੇਸ਼ਨ ਚੱਲ ਨੀ ਪਾਬਾਰ ਹੈ ਰੈਸਕਿਊ ਆਪਰੇਸ਼ਨ ਹੀ ਚੱਲ ਰਹੇ ਬਹੁਤ ਜੀ ਰੈਸਕਿਊ ਆਪਰੇਸ਼ਨ ਦੇਖੋ ਆ ਜਿਹੜੇ 1 2 ਦਿਨ ਮਿਲੇ ਨੇ ਉਹ ਸਾਰੇ ਡਨ ਹੋ ਜਾਣਗੇ ਹੁਣ ਜੀ ਕਿਉਂਕਿ ਮੌਸਮ ਜਦੋਂ ਖਰਾਬ ਹੋ ਗਿਆ ਜੀ ਤਾਂ ਫਿਰ ਕੰਮ ਕਰਨਾ ਸੌਖਾ ਹੋ ਜਾਂਦਾ ਹੈ ਪਰ ਇਹ ਤੇ ਵੇਖੋ ਨਾ ਕਿ ਰੈਸਕਿਊ ਵਾਸਤੇ ਪ੍ਰਬੰਧ ਕੀ ਨੇ ਸਾਡੇ ਕੋਲ ਜੀ ਐਨਡੀਆਰਫ ਵਾਲੇ ਚਲੋ ਮਿਲਟਰੀ ਵਾਲੇ ਕੰਮ ਕਰ ਰਹੇ ਨੇ ਠੀਕ ਹੈ ਜੀ ਪਰੰਤੂ ਇੱਕ ਚੀਜ਼ ਵੇਖੋ ਕਿ 22 ਜ਼ਿਲ੍ਹੇ ਆ ਤੇ 22 ਜ਼ਿਲ੍ਹਿਆਂ ਨੂੰ ਤੁਸੀਂ ਡਿਵਾਈਡ ਕਰ ਦੋ 35 ਕਰੋੜ ਚ ਕੀ ਕੀ ਆਇਆ ਮੈਨੂੰ ਦੱਸੋ ਕੀ ਪ੍ਰਬੰਧ ਨੇ ਜੇ ਪਿਛੋਂ ਪਾਣੀ ਫਿਰ ਹੋਰ ਵੱਧ ਆ ਜਾਵੇ ਤੇ ਕੀ ਕੀ ਇਹਦਾ ਕਰ ਲੈਣਗੇ ਉਹ ਫੇਰ ਸੋਚ ਕੇ ਵੇਖੋ ਇਹ ਇਹ ਕੀ ਹਿਸਾਬ ਕਿਤਾਬ ਆ ਕਿ ਤੁਹਾਡੇ ਕੋਲ ਬਜਟ ਹੀ ਨਹੀਂਗਾ ਕੁਦਰਤੀ ਵਿਪਤਾ ਵਾਸਤੇ ਘੱਟੋ-ਘੱਟ ਕੋਈ 150 ਕਰੋੜ ਰੁਪਈਆ ਖੜੇ ਪੈਰ ਰਿਲੀਜ਼ ਕਰੋ ਕਿ ਭਾਈ ਜਿੱਥੇ-ਜਿੱਥੇ ਪ੍ਰਬੰਧ ਹੁੰਦੇ ਕਰੋ ਹਾਲੇ ਤਾਂ ਇੱਕ ਚੀਜ਼ ਵੇਖੋ ਇਸ ਧਰਤੀ ਨੂੰ ਭਾਗ ਲੱਗੇ ਆ ਕਿ ਸਾਡੇ ਕੋਲ ਆਪ ਹੀ ਸਮਾਜ ਸੇਵੀ ਨੇ ਆਪ ਹੀ ਸਾਡੇ ਕੋਲ ਦਾਨੀ ਨੇ ਤੇ ਆਪ ਹੀ ਘਰੋਂ ਸਰਦੇ ਪੁੱਜਦੇ ਨੇ ਜੀ ਰੋਟੀਆਂ ਬਣ ਕੇ ਜਾਈ ਜਾਂਦੀਆਂ ਚੌਲ ਬਣ ਕੇ ਜਾਈ ਜਾਂਦੇ ਆ ਪਾਣੀ ਲੋਕ ਲਈ ਜਾਂਦੇ ਨੇ ਸਾਰਾ ਕੁਝ ਆ ਤੁਸੀਂ ਸੋਚ ਕੇ ਵੇਖੋ ਕਿ ਬਿਹਾਰ ਵਰਗੇ ਸੂਬੇ 'ਚ ਕੀ ਹਾਲਾਤ ਹੁੰਦੇ ਹੋਣਗੇ ਇੱਥੇ ਤੇ ਚਲੋ 1 ਲੱਖ ਦੇ ਝਾੜ ਆ ਤਾਂ ਦੂਸਰੇ ਲੱਖੇ 'ਚੋਂ ਟਰਾਲੀਆਂ ਭਰ ਕੇ ਲੋਕ ਤੁਰ ਪੈਂਦੇ ਆ ਕਿ ਯਾਰ ਅਸੀਂ ਆਪਣੇ ਪੰਜਾਬੀ ਭੁੱਖੇ ਥੋੜੀ ਮਰਦੇ ਨੇ ਸਾਡੇ ਤੇ ਲਾਂਹਤ ਹੋਏਗੀ ਜੇ ਕੋਈ ਬੰਦਾ ਭੁੱਖਾ ਮਰ ਗਿਆ ਸਾਡੇ ਪੰਜਾਬ ਚ ਤੇ ਉਹ ਟਰੈਕਟਰ ਟਰਾਲੀਆਂ ਫੇਰ ਉਹ ਜਿਵੇਂ ਦਿੱਲੀ ਵਾਲਾ ਕੱਢਿਆ ਸੀ ਨਾ ਕੰਮ ਤੇ ਉਦਾਂ ਹੁਣ ਟਰੈਕਟਰ ਟਰਾਲੀਆਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਐਡੇ ਐਡੇ ਪਾਣੀ ਚ ਜਾਂਦੇ ਆ ਸ਼ੂਕ ਦੇ ਜੇ ਮੰਨ ਲਓ ਸਾਰਾ ਫੂਡ ਦਾ ਪ੍ਰਬੰਧ ਵੀ ਸਰਕਾਰ ਨੇ ਕਰਨਾ ਤੇ ਮੈਂ ਤੇ ਇਹ ਮੰਨ ਕੇ ਚੱਲਦਾ ਸਰਕਾਰ ਮਾਨਦੀ ਹੋਵੇ ਚਾਹੇ ਅਮਰਿੰਦਰ ਸਿੰਘ ਦੀ ਚਾਹੇ ਚੰਨੀ ਸਾਹਿਬ ਦੀ ਮੈਨੂੰ ਲੱਗਦਾ ਰੋਟੀ ਨਹੀਂ ਖਵਾ ਸਕਦੇ ਹੋਲੀ ਪੂਰੀ ਹੋਣੀ ਰੋਟੀ ਫੂਡ ਦੇ ਪੈਕੇਟ ਨਹੀਂ ਪੂਰੇ ਹੋਣ ਲੁਧਿਆਣੇ ਚ ਨਹੀਂ ਦੇ ਓਏ ਇਹਨਾਂ ਤੋਂ ਕਿਉਂਕਿ ਉੱਪਰ ਮਜ਼ਦੂਰਾਂ ਦਾ ਏਰੀਆ ਆ ਜਾਂਦਾ ਉੱਥੇ ਉਹ ਕਹਿੰਦੇ ਕਿ ਰਾਤ ਅਸੀਂ ਭੁੱਖੇ ਬੈਠੇ ਨੇ ਫਿਰ ਗੁਰੂ ਘਰੋਂ ਰੋਟੀ ਆਈ ਤੇ ਇੱਕ ਡੰਗ ਦੀ ਲੰਗੇ ਡੰਗ ਰੋਟੀ ਖਾਧੀ ਮਤਲਬ ਕਿ ਇੰਨੇ ਬੰਦਿਆਂ ਨੂੰ ਜੱਕਦਮ ਸਰਕਾਰ ਨੇ ਭੋਜਨ ਵੀ ਦੇਣਾ ਹੋਵੇ ਤੇ ਭੋਜਨ ਦੇ ਨਾਂ ਤੇ ਫਿਰ ਜਾਂਤੇ ਆ ਕਿ ਉਹ ਕੁਝ ਮਤਲਬ ਕਿ ਕੁਚਾਰ ਦਾਣੇ ਪਾ ਕੇ ਤੇ ਛੁਟਕੀਆਂ-ਛੁਟਕੀਆਂ ਪੈਕਟੀਆਂ ਬਣਾ ਕੇ ਤੇ ਭਾਵੇਂ ਸੋੜ ਦੇਣਾ